ਤੁੰਗਾ ਤਾ ਸਰਵਤ ਕਾ ਜੋ ਹੈ ਜੀ ਅਯੰਤ ਤੇਰਾ ਹੀ ਪ੍ਰਪੰਚ ਹੈ ਆਦ ਮੱਧ ਔਰ ਅੰਤ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਵੜ ਭਾਗੇ ਹੋ ਜਿਨ੍ਹਾਂ ਗੁਰ ਸੰਗਤਾਂ ਨੂੰ ਅੱਜ ਸਭ ਤੋਂ ਪਹਿਲਾਂ ਤਾਂ ਲੱਖ ਲੱਖ ਵਧਾਈ ਹੋਵੇ ਜਿਨ੍ਹਾਂ ਤੇ ਗੁਰੂ ਕਲਗੀਧਰ ਵਾਲੇ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ ਹੈ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੋ ਜਹਾਨ ਦੇ ਵਾਲੀ ਗੱਦੀ ਨਸੀਨ ਹਲਤ ਪਲ ਦੇ ਰੱਖਿਆ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਹੋਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਥੋੜੇ ਜਿਹੇ ਸਮੇਂ ਦੇ ਵਿੱਚ ਤੁਹਾਡੇ ਵਿੱਚ ਹਾਜ਼ਰੀ ਭਰਨੀ ਆ, ਆਪਾਂ ਉਹ ਵਚਨ ਕਹਿਣੇ ਆ, ਬਣਜ ਕਰੋ ਬਣਜਾਰਿਓ ਬਖਰ ਲਿਓ ਸੰਭਾਲ, ਐਸੀ ਵਸਤ ਵਸਾਈ ਹੈ ਜੈਸੀ ਨਿਵਹਿ ਨਾਲ। ਆਪ ਬੜੀ ਦੂਰੋਂ ਦੂਰੋਂ ਵਪਾਰੀ ਸੱਚ ਦਾ ਵਪਾਰ ਕਰਨ ਵਾਸਤੇ ਇੱਥੇ ਆਏ ਆ, ਜਿਹਦੀ ਸੱਚ ਦੀ ਹੱਟ ਭਾਈ ਧਰਮਜੀਤ ਸਿੰਘ ਜੀ ਜਿਨ੍ਹਾਂ ਨੇ ਸੱਚ ਦੀ ਹੱਟ ਖੋਲੀ ਹੈ, ਸੱਚ ਦਾ ਸੌਦਾ ਵੇਚਣ ਵਾਸਤੇ ਉਹਨਾਂ ਨੇ ਉਪਰਾਲਾ ਕੀਤਾ ਹੈ। ਆਓ ਥੋੜੇ ਹੀ ਸਮੇਂ ਦੇ ਵਿੱਚ ਬੜੇ ਖਿਆਲ ਦੇ ਨਾਲ ਇਹ ਕਵੀ ਦੀਆਂ ਲਿਖੀਆਂ ਹੋਈਆਂ ਲੈਣਾ ਧਿਆਨ ਦੇ ਨਾਲ ਸੁਣਨੀਆਂ। ਬਣਜ ਕਰੋ ਬਣ ਜਾ ਰਹੇ ਹੋ ਬਖਰ ਲਿਓ ਸੰਭਾਲ ਦੇ ਮਹਾਂਵਾਕਾਂ ਅਨੁਸਾਰ ਇਹ ਜੋ ਕਵਿਤਾ ਹੈ ਇਹ ਅੱਜ ਦੇ ਜਿਹੜਾ ਸਮਾਗਮ ਹੋਇਆ ਹੈ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਅੰਮ੍ਰਿਤ ਸੰਚਾਰ ਹੋਇਆ ਉਹਦੇ ਪਰਥਾਈ ਹੈ ਇੱਕ ਸੁਨੇਹਾ ਕਵੀ ਦਾ, ਬੜੇ ਧਿਆਨ ਦੇ ਨਾਲ ਸੁਣੇ। ਆਦ ਵਿੱਚ ਇੱਕ ਉਸ ਨੂੰ ਤਿਆ ਲਵੋ ਸੁਰਤੀ ਟਕਾ ਲਵੋ ਤੇ ਚਿੱਤ ਠਹਿਰਾ ਲਵੋ ਸੱਚ ਵਾਲੀ ਜੋਤ ਅੰਦਰ ਜਗਾ ਲਵੋ ਹਵਾ ਤੋਂ ਬਚਾ ਲਵੋ ਜੀ ਸਾਰੇ ਬੂਹੇ ਲਾ ਲਵੋ ਕੇਵਲ ਧਿਆਨ ਮਾਲਕ ਦਾ ਧਰ ਲੋ ਉਹਦੇ ਪਾਸ ਜਾਣ ਦਾ ਹੈ ਪੰਧ ਧਿਆਨ ਦਾ ਆਓ ਬਣ ਜਾ ਰਿਓ ਬਣ ਜਕਾਰ ਲੋ ਬਣ ਜੋ ਗਿਆਨ ਦਾ ਗਿਆਨ ਭਗਵਾਨ ਦਾ ਆਓ ਬਣ ਜਾ ਰਿਓ ਬਣ ਜਕਾਰ ਲੋ ਬਣ ਜੋ ਗਿਆਨ ਦਾ ਗਿਆਨ ਭਗਵਾਨ ਦਾ ਪੱਕੇ ਸੰਤ ਸਾਨੂੰ ਗੁਰੂ ਲਾੜ ਲਾਉਂਦੇ ਨੇ ਪਰਮ ਮਟਾਉਂਦੇ ਨੇ ਤੇ ਇੱਕੋ ਰਾਹ ਪਾਉਂਦੇ ਨੇ ਆਤਮਾ ਦੀ ਖੋਜ ਖੋਜਣਾ ਸਿਖਾਉਂਦੇ ਨੇ ਮਾਇਆ ਤੋਂ ਛਡਾਉਂਦੇ ਨੇ ਜੀ ਇਸੇ ਕੰਮ ਲਾਉਂਦੇ ਨੇ ਉਹਨਾਂ ਦੇ ਬਤਾਏ ਬੇੜੇ ਵੇਖ ਤਰ ਲੋ ਸਿੰਧ ਅਗਿਆਨ ਦਾ ਡਰ ਨਹੀਂ ਤੂਫਾਨ ਦਾ ਆਓ ਬਣ ਡਰ ਲੋ ਬਣ ਜਕਾਰ ਲੋ ਬਣਜ ਗਿਆਨ ਦਾ ਗਿਆਨ ਭਗਵਾਨ ਦਾ ਆਓ ਬਣ ਜਾ ਰਿਓ ਬਣ ਜਕਾਰ ਲੋ ਬਣਜ ਗਿਆਨ ਦਾ ਗਿਆਨ ਭਗਵਾਨ ਦਾ ਹਾਂਜੀ ਚਿੱਤ ਚ ਖਿਆਲ ਕਰਕੇ ਮਿਲਾਪ ਦਾ ਲਓ ਸਹਾਰਾ ਜਾਪਦਾ ਜੋ ਬੈਰੀ ਤਿੰਨ ਤਾਪਦਾ ਅੰਦਰ ਅੰਦਰ ਖੋਜੋ ਰੂਪ ਆਪਦਾ ਤੇ ਪਸਾਰਾ ਪਾਪ ਦਾ ਫੇਰ ਨਹੀਂ ਵੇ ਆਪਦਾ ਪੂਰੇ ਵੀਰ ਬਣ ਕੇ ਅਜੇ ਡਰ ਲੋ ਮੋਤੀਆ ਗੁਮਾਨ ਦਾ ਜਗ ਨੂਰ ਜਾਣਦਾ ਆਓ ਬਣ ਡਰੋ ਬਣਜ ਕਰ ਲੋ ਬਜ ਗਿਆਨ ਦਾ ਗਿਆਨ ਬਲਵਾਨ ਦਾ ਆਓ ਬਣ ਡਰੋ ਬਣਜ ਕਰ ਲੋ ਬਜ ਗਿਆਨ ਦਾ ਵਿਗਿਆਨ ਬਲਵਾਨ ਤਨੇ ਵੀ ਇਸ ਜੱਗ ਦੇ ਪਸਾਰੇ ਨੇ ਦੱਸਦੇ ਨਜ਼ਾਰੇ ਨੇ ਸੋਚਦੇ ਸਹਾਰੇ ਨੇ ਸੋਚਾਂ ਦੇ ਮਨਾਰੇ ਮਨ ਦੇ ਮਨਾਰੇ ਨੇ ਜੀ ਝੂਠੇ ਚਲਕਾਰੇ ਨੇ ਰੇਤ ਦੇ ਚਲਾਰੇ ਨੇ ਮਨ ਜਾਣੇ ਮਨ ਪਹਿਲਾਂ ਬਵਾਰ ਲੋ ਖਾਤਮਾ ਸਤਾਨ ਦਾ ਹੋ ਜੂ ਬੇਈਮਾਨ ਦਾ ਆਓ ਬਣ ਜਾ ਰਿਓ ਬਣਜ ਕਰ ਲੋ ਬਣਜ ਗਿਆਨ ਦਾ ਗਿਆਨ ਭਗਵਾਨ ਦਾ ਆਓ ਬਣ ਜਾ ਰਿਓ ਬਣਜ ਕਰ ਲੋ ਬਣਜ ਗਿਆਨ ਦਾ ਵਿਗਿਆਨ ਭਗਵਾਨ ਦਾ ਨਾਮ ਰੂਪ ਜਾਗਤ ਇੰਦਰ ਜਾਲ ਹੈ ਸਤਰੰਜੀ ਚਾਲ ਹੈ ਠੱਗੀ ਦਾ ਕਮਾਲ ਹੈ
ਆਲੇ ਮਰੇ ਤੋਂ ਸਾਖੇ ਤੈ ਸਵਾਲ ਹੈ ਕੌਡੀਆਂ ਦਾ ਥਾਲ ਹੈ ਤੇ ਮੋਤੀਆਂ ਦੀ ਚਾਲ ਹੈ ਇਸ ਦੇ ਰਚਨ ਹਾਰ ਕੋਲੋਂ ਡਰ ਲੋ ਇਸ ਨੂੰ ਬਚਾਉਣ ਦਾ ਉਹ ਤਰੀਕਾ ਜਾਣਦਾ ਆਓ ਬਣ ਜਾ ਰਿਓ ਬਣਜ ਕਰ ਲੋ ਬਣਜ ਗਿਆਨ ਦਾ ਗਿਆਨ ਭਗਵਾਨ ਦਾ ਆਓ ਬਣ ਜਾ ਰਿਓ ਬਣਜ ਕਰ ਲੋ ਬਣਜ ਗਿਆਨ ਦਾ ਬਈ ਗਿਆਨ ਭਗਵਾਨ ਦਾ ਹਾਂਜੀ ਸੱਚੇ ਦਿਲੋਂ ਪੱਲਾ ਫੜੋ ਯਾਰ ਦਾਸ ਦਾ ਜੋ ਅਸੂਲ ਦਾਸ ਦਾ ਤੇ ਪੱਕੇ ਵਿਸ਼ਵਾਸ ਦਾ ਰੱਬ ਨੂੰ ਪਛਾਣੋ ਸੋਮੀ ਸਾਰੀ ਰਾਸ ਦਾ ਫੇਰ ਜਾਮ ਫਾਸਦਾ ਖਤਰਾ ਨੀ ਪਾਸਦਾ ਨੀਵੇਂ ਉੱਕੇ ਝੋਲੀ ਨੇਕੀਆਂ ਦੀ ਬਾਜ ਲੋ ਦਾਵਾ ਫੋਕੀ ਸਾਨ ਦਾ ਸੱਜੋ ਆਪ ਮਹਾਨ ਦਾ ਆਓ ਬਣ ਜਾ ਰਿਓ ਬਣਜ ਕਰ ਲੋ ਬਣਜ ਗਿਆਨ ਦਾ ਗਿਆਨ ਭਗਵਾਨ ਦਾ ਆਓ ਬਣ ਜਾ ਰਿਓ ਬਣਜ ਕਰ ਲੋ ਬਣਜ ਗਿਆਨ ਦਾ ਗਿਆਨ ਭਗਵਾਨ ਦਾ ਨਾਲ ਦੇ ਮਿਲ ਗਈ ਮਨੁੱਖ ਦੀ ਜੜ ਪੱਟੋ ਦੁੱਖ ਦੀ ਮਮਤਾ ਦੇ ਰੁੱਖ ਦੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਣ ਕੁੰਜੀ ਸਦਾ ਸੁੱਖ ਦੀ ਸੋਭਾ ਹੋ ਜਾਏ ਮੁੱਖ ਦੀ ਜਨਣੀ ਦੀ ਕੁੱਖ ਦੀ ਮਾਇਆ ਨੂੰ ਵਿਸਾਰ ਕੇ ਅਜੀਰੀ ਡਰ ਲੋ ਮਾਲਕ ਜਹਾਨ ਦਾ ਇਹ ਪ੍ਰੀਤਾ ਜਾਣਦਾ ਆਓ ਬਣ ਜਾ ਰਿਓ ਬਣਜ ਕਰ ਲੋ ਬਣਜ ਗਿਆਨ ਦਾ ਵੀ ਗਿਆਨ ਭਗਵਾਨ ਦਾ ਆਓ ਬਣ ਜਾ ਰਿਓ ਬਣਜ ਕਰ ਲੋ ਬਣਜ ਗਿਆਨ ਦਾ ਗਿਆਨ ਭਗਵਾਨ ਦਾ ਤਾਰਿਆਂ ਦੀ ਛਾਇਆ ਮਿੰਨੀ ਮਿੰਨੀ ਰਹਿਣ ਹੋ ਚਿੱਤ ਵਿੱਚ ਚੈਨ ਹੋ ਸਾਹਮਣੇ ਨਰੈਣ ਹੋ ਸੋਹ ਮੈਂ ਅਨਾਦ ਤੁਨੀ ਦਾ ਵੈਣ ਹੋ ਜੀ ਮਾ ਖਮੂਰ ਨੈਣ ਹੋ ਤੇ ਮਦਰ ਵੈਣ ਹੋ ਕੇਵਲ ਧਿਆਨ ਮਾਲਕ ਦਾ ਧਰ ਲੋ ਉਹਦੇ ਪਾਸ ਜਾਣ ਦਾ ਪੰਧ ਹੈ ਧਿਆਨ ਦਾ ਆਓ ਬਣ ਜਾ ਰਿਓ ਬਣਜ ਕਰ ਲੋ ਬਣਜ ਗਿਆਨ ਦਾ ਗਿਆਨ ਭਗਵਾਨ ਦਾ ਆਓ ਬਣ ਜਾ ਰਿਓ ਬਣਜ ਕਰ ਲੋ ਬਣਜ ਗਿਆਨ ਦਾ ਗਿਆਨ ਭਗਵਾਨ ਦਾ ਆਓ ਬਣ ਜਾ ਰਿਓ ਬਣਜ ਕਰ ਲੋ ਬਣਜ ਗਿਆਨ ਦਾ ਗਿਆਨ ਭਗਵਾਨ ਦਾ ਸੱਚ ਜਾਣਿਓ ਆਪਾਂ ਚੱਲੀਏ ਥੋੜੀ ਜਿਹੀ ਵਿਚਾਰ ਕਰਕੇ ਆਪਾਂ ਸਮਾਪਤੀ ਕਰ ਦੇਣੀ ਆ ਉਹ ਇਤਿਹਾਸ ਤੇ ਜਦੋਂ ਮੱਖਣ ਸਾ ਲਵਾਣਾ ਬਣਜ ਕਰਨ ਗਿਆ ਸੀ ਵਪਾਰ ਕਰਨ ਗਿਆ ਸੀ ਆਪਾਂ ਵੀ ਅੱਜ ਉਹੀ ਵਪਾਰ ਕਰਨ ਵਾਸਤੇ ਆਏ ਹਾਂ ਉਹਦਾ ਜਹਾਜ਼ ਰੇਤ ਦੇ ਵਿੱਚ ਖੁੱਭ ਗਿਆ ਸੀ ਸਾਡਾ ਜਿਹੜਾ ਜ਼ਿੰਦਗੀ ਦਾ ਜਹਾਜ਼ ਆ ਉਹ ਮਾਇਆ ਦੇ ਜਾਲ ਦੇ ਵਿੱਚ ਫਸਿਆ ਆ ਉਹਨੂੰ ਕਢਾਉਣ ਦੇ ਵਾਸਤੇ ਕਹਿੰਦੇ ਗੁਰਾਂ ਪਿਆਰੇ ਸਤਸੰਗੀਓ ਤੈਂਦੀ ਬੰਧ ਸਮੈ ਕੋਈ ਨਾ ਦੇਖਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤੇ ਸਮੁੱਤਰ ਵਿਚੋਲੇ ਜੈ ਮਲਕੰਤ ਪਛਾਣਾ ਅੱਜ ਧਰਮਜੀਤ ਸੀ ਸਾਡੇ ਵਿਚੋਲੇ ਵਰ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਸਾਡੀਆਂ ਗੰਢਾਂ ਪਵਾ ਰਹੇ ਨੇ ਆਪ ਵੱਡੇ ਭਾਗਾਂ ਵਾਲੇ ਹੋ ਵਿਚਾਰ ਕਰਦੇ ਹਾਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ ਕਿਉਂਕਿ ਅੱਜ ਤੱਕ ਆਪਾਂ ਸਾਰੇ ਗੁਰੂ ਵਾਲੇ ਬਣੇ ਹਾਂ ਸਾਰੇ ਸਿੱਖ ਬਣ ਗਏ ਸਾਰੇ ਏਕ ਪਿਤਾ ਏਕ ਸੇ ਹਮਵਾਰਕ ਤੋਂ ਮੇਰਾ ਗੁਰਹਾਈ ਦੇ ਮਹਾਂਵਾਕਾਂ ਅਨੁਸਾਰ ਮਾਤਾ ਸਾਹਿਬ ਕੌਰ ਸਾਡੀ ਮਾਂ ਤੇ ਗੁਰੂ ਕਲਗੀਧਰ ਵਾਲੇ ਪਾਤਸ਼ਾਹ ਅੱਜ ਸਾਡੇ ਪਿਤਾ ਮਨਾਂ ਦੇ ਵਿੱਚੋਂ ਈਰਖਾ ਦਵੈਤ ਭਾਵਨਾ ਦੂਰ ਕੱਢ ਕੇ ਇੱਕ ਇਹਨੂੰ ਆਪਾਂ ਭਾਈ ਸਾਥ ਦੇਣਾ ਤਾਂ ਹੀ ਆਪਾਂ ਗੁਰੂ ਕਲਗੀਧਰ ਵਾਲੇ ਪਾਤਸ਼ਾਹ ਦਾ ਪਰਿਵਾਰਕ ਹਾਂਗੇ ਕੋ ਤਨ ਕੋਟ ਧੰਨਵਾਦ ਇੱਕ ਮੈਂ ਧਾਰਨਾ ਪੜ ਕੇ ਦੁਆ ਚ ਸਮਾਪਤੀ ਕਰੂੰਗਾ ਜੀ ਆਇਆ ਨੂੰ 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 ਗੁਰ ਕਲਗੀ ਧਰਦੇ ਜਾਇਆ ਨੂੰ ਜੀ ਆਇਆ 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 ਕਲਗੀ ਧਰਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਡ ਕਰਨਾ